ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੀ ਨਰਮਾ ਪੱਟੀ ਜਿਹੜੀਆਂ ਕੀਟਨਾਸ਼ਕ ਦਵਾਈਆਂ ਦਾ ਮੁੱਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਜਾਲੀ ਦਵਾਈਆਂ, ਕਿਹਾ ਜਾ ਰਿਹਾ ਕਿ 33 ਕਰੋੜੀ ਸਕੈਂਡਲ ਜਿਹੜਾ ਹੈਗਾ ਉਸ ਨੂੰ ਲੈ ਕੇ ਜਿੱਥੇ ਨਰਮਾ ਪੱਟੀ ਦਾ ਕਿਸਾਨ ਬੁਰੀ ਤਰ੍ਹਾਂ ਝੰਜੋੜਿਆ ਗਿਆ, ਦੂਜੇ ਪਾਸੇ ਰਾਸ਼ਟਰੀ ਪਾਰਟੀਆਂ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਗਰਮ ਨੇ। ਕਿਸਾਨ ਨਾਲ ਜੁੜੀਆਂ ਵੀ ਧਿਰਾਂ, ਕਿਸਾਨ ਜਥੇਬੰਦੀਆਂ ਰੇਲਾਂ ਰੋਕ ਰਹੀਆਂ, ਸੜਕਾਂ ਰੋਕ ਰਹੀਆਂ, ਦੂਜੇ ਪਾਸੇ ਪੁਲਿਸ ਦੀ ਗ੍ਰਿਫਤਾਰੀ ਦੇ ਡਰ ਤੋਂ ਸਥਿਤੀ ਇੱਦਾਂ ਦੀ ਬਣੀ ਹੈ ਕਿ ਡੀਲਰ ਜਾਂ ਕੰਪਨੀਆਂ ਦੇ ਜਿਹੜੇ ਅਧਿਕਾਰੀ ਹੈ ਉਹ ਦਫ਼ਤਰ ਛੱਡ ਕੇ ਦੌੜ ਗਏ ਹੈ ਅਤੇ ਘਰਾਂ ਦੇ ਅੰਦਰੋਂ ਵੀ ਰੂਹ ਪੋਸ਼ ਹੋ ਗਏ ਹੈ। ਇਹਨਾਂ ਸਾਰੇ ਮੁੱਦਿਆਂ 'ਤੇ ਲੈ ਕੇ ਗੱਲ ਇੱਥੋਂ ਤੱਕ ਚਲੀ ਗਈ ਹੈ ਕਿ ਜਿਹੜੇ ਖੇਤੀ ਅਧਿਕਾਰੀ ਅੱਜ ਕੱਲ੍ਹ ਅੱਗੇ ਆਪਣੇ ਦਫ਼ਤਰਾਂ 'ਚ ਬੀਜ ਵੰਡਦੇ ਨਜ਼ਰ ਆਉਂਦੇ ਸੀ ਕਿ ਕਣਕਾਂ ਦੇ ਬੀਜ ਜਿਹੜੇ ਕਿ ਵੰਡੇ ਜਾਣੇ, ਜਿਹੜੀ ਨਵੀਂ ਫਸਲ ਦੀ ਬਿਜਾਈ ਸ਼ੁਰੂ ਹੋਣੀ ਹੈ, ਉਹ ਵੀ ਗ੍ਰਿਫਤਾਰੀ ਤੋਂ ਡਰਦੇ ਦਫ਼ਤਰਾਂ 'ਚ ਨਹੀਂ ਵੜਦੇ ਅਤੇ ਖੇਤੀ ਦੇ ਦਫ਼ਤਰ ਵੀ ਜਿਹੜੇ ਹੈਗੇ ਅੱਜ ਕੱਲ੍ਹ ਖਾਲੀ ਭਾਂ ਭਾਂ ਕਰਦੇ ਨਜ਼ਰ ਆ ਰਹੇ ਆ। ਕੌਣ ਕਸੂਰਵਾਰ ਹੈ? ਸਰਕਾਰਾਂ, ਜਿਹੜੀਆਂ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ, ਜਾਂ ਰਾਜਸੀ ਧਿਰਾਂ? ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ, ਜਿਹੜੇ ਸਾਡੇ ਨਾਲ ਵਿਸ਼ੇਸ਼ ਮਹਿਮਾਨ ਹਾਜ਼ਰ ਨੇ, ਸਾਹਜੀਤ ਸਿੰਘ ਗਰੇਵਾਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤਾਂ ਹਾਈ ਹੈ, ਕਿਸਾਨ ਸੈੱਲ ਦੇ ਤੌਰ 'ਤੇ ਵੀ ਨੇਤਾ ਦੇ ਤੌਰ 'ਤੇ ਉਹਨਾਂ ਦਾ ਲੰਮਾ ਤਜ਼ਰਬਾ ਹੈ, ਕਰਨਲ ਸੀਟੀ ਸਿੰਘ ਕੰਬੋਜ਼ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਨੇ, ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਿ ਸਮਾਜਿਕ ਹਲਕਿਆਂ ਦੇ ਅੰਦਰ ਇੱਕ ਆਪਣੀ ਵੱਖਰੀ ਪਹਿਚਾਣ ਰੱਖਦੇ ਹੈ। ਮੈਂ ਤਿੰਨਾਂ ਮਹਿਮਾਨਾਂ ਨੂੰ ਜੀ ਆਖਦਾ। ਗਰੇਵਾਲ ਸਾਹਿਬ, ਜਿਹੜਾ ਇੰਨਾ ਗਰਮ ਮੁੱਦਾ ਜਿਸ ਮੁੱਦੇ 'ਤੇ ਸਾਰਾ ਪੰਜਾਬ ਜਿਹੜਾ ਹਲੂਣਿਆ ਗਿਆ, ਨਾ ਕੇਵਲ ਕਿਸਾਨਾਂ ਦੀ ਜੇ ਆਪਾਂ ਗੱਲ ਕਰੀਏ, ਸਿੱਧੇ ਤੌਰ 'ਤੇ ਕਿਹਾ ਜਾ ਰਿਹਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਜਿਹੜਾ ਹੈਗਾ ਜਿਹੜਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਉਹ ਅਸਤੀਫਾ ਦੇਣ, ਕੀ ਇਹ ਮੰਗ ਵਾਜਬ ਹੈ? ਦੇਖੋ, ਕਿਸਾਨ ਜਿਹੜਾ ਪਹਿਲਾਂ ਹੀ ਕਰਜ਼ੇ ਹੇਠ ਦਬਿਆ ਹੋਇਆ ਸੀ ਜੀ, ਉਹਦਾ ਬਹੁਤ ਬੜਾ ਨੁਕਸਾਨ ਹੋਇਆ। ਮੈਂ ਉਸੇ ਏਰੀਏ 'ਚ ਵੀ ਰਹਿਣ ਵਾਲਾ, ਬਿਲਕੁਲ, ਔਰ ਮੈਂ ਵਿਜ਼ਿਟ ਵੀ ਕੀਤਾ ਜੀ। 5% ਦੇ ਕਰੀਬ ਫਸਲ ਜਿਹੜੀ ਹੈ ਕਿਸਾਨਾਂ ਦੀ ਬਚੀ ਹੈ, ਇਸ ਤੋਂ ਜ਼ਿਆਦਾ ਨਹੀਂ ਹੈ, ਔਰ ਉਸ ਨੂੰ ਵੀ ਤੋੜਨ ਦੇ ਲਈ ਉਹ ਇੱਕ ਐਸਾ ਕੀੜਾ ਜਿਹਦੇ ਨਾਲ ਸਾਰੇ ਸਰੀਰ ਦੇ ਉੱਪਰ ਉਹਨਾਂ ਦੇ ਚਮੜੀ ਉੱਠ ਜਾਂਦੀ ਹੈ। ਓਕੇ, ਸਰੀਰਕ ਤੌਰ ਤੇ ਵੀ ਇਹਨਾਂ ਨੂੰ ਨੁਕਸਾਨ ਹੈ? ਹਾਂ, ਬਿਲਕੁਲ ਨੁਕਸਾਨ ਹੋ ਰਿਹਾ, ਔਰ ਉਹਨਾਂ ਨੂੰ ਦੇਖਿਆ ਨਹੀਂ ਜਾਂਦਾ ਜੇ ਤੁਸੀਂ ਤੋੜਨ ਵਾਲੇ ਲੋਕਾਂ ਨੂੰ, ਮਤਲਬ ਉਹ ਤਾਂ ਮਜਬੂਰੀ 'ਚ ਕਿਸਾਨ ਹੁਣ ਕੀ ਕਰੇ ਜਾਂ ਮਜ਼ਦੂਰ ਕੀ ਕਰੇ, ਤਾਂ ਉਹ ਇਸ ਤਰ੍ਹਾਂ ਦੀ ਦਸ਼ਾ ਹੋਈ ਹੈ। ਔਰ ਪਹਿਲੀ ਗੱਲ ਤਾਂ ਇਹ ਜਿਹੜਾ ਅਗਰ ਪੈਸਟੀਸਾਈਡ ਦੇ ਅੰਦਰ ਘਪਲਾ ਹੋਇਆ, ਇਹਦੀ ਤਾਂ ਜਾਂਚ ਹੋਣੀ ਚਾਹੀਦੀ ਹੈ ਪੂਰੀ, ਔਰ ਜੋ ਵੀ ਇਹਦੇ ਲਈ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਕਿਸਾਨ ਦਾ ਇੱਕ ਤਰ੍ਹਾਂ ਦਾ ਜ਼ੁਲਮ ਹੈ ਜੀ, ਜਿਹੜਾ ਮੈਂ ਸਮਝਦਾ। ਔਰ ਉਸ ਤੋਂ ਬਾਅਦ ਜੋ ਕਿਸਾਨ ਦਾ ਹੋਰ ਨੁਕਸਾਨ ਹੋਣ ਵਾਲਾ, ਜੋ ਪਹਿਲਾਂ ਹੀ ਸੁਸਾਈਡ ਕਰ ਰਿਹਾ, ਆਤਮ ਹੱਤਿਆ ਕਰ ਰਿਹਾ, ਉਹ ਹੋਰ ਜ਼ਿਆਦਾ ਹੋ ਸਕਦੀ ਹੈ। ਔਰ ਇੱਕ ਤਾਂ ਜਿਹੜੇ ਅਫੀਸ਼ਲਸ ਇਹਦੇ 'ਚ ਰਿਸਪੋਂਸੀਬਲ ਨੇ, ਜੋ ਵੀ ਆਦਮੀ ਹੋਵੇ, ਚਾਹੇ ਮਿਨਿਸਟਰ ਹੋਵੇ, ਕੋਈ ਵੀ ਹੋਵੇ, ਉਹਦੀ ਜਾਂਚ ਬਰਾਬਰ ਹੋਣੀ ਚਾਹੀਦੀ ਹੈ। ਪਰ ਜੇ ਕਿਸੇ ਦਾ ਦੋਸ਼ ਨਾ ਹੋਵੇ, ਉਸ ਨੂੰ ਆਪਾਂ ਕਹੀਏ ਪਹਿਲਾਂ ਹੀ ਜਜਮੈਂਟ ਦੇ ਦਈਏ, ਤਾਂ ਉਹ ਮੇਰੇ ਹਿਸਾਬ ਨਾਲ ਠੀਕ ਨਹੀਂ ਹੁੰਦੀ। ਗਰੇਵਾਲ ਜੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਤੁਸੀਂ ਉਸੇ ਮੁੱਦੇ 'ਤੇ ਹੀ ਗੱਲ ਕਰ ਰਹੇ ਹੋ, ਮੈਂ ਸਪਸ਼ਟ ਤੌਰ 'ਤੇ ਆਪਣੇ ਦਰਸ਼ਕਾਂ ਲਈ ਜਾਣਨਾ ਚਾਹੁੰਦਾ, ਇੱਕ ਬਿਲਕੁਲ ਇਸ ਵੇਲੇ ਕੇਂਦਰ ਇਸ ਗੱਲ ਦਾ ਬਣਿਆ ਕਿ ਜਥੇਦਾਰ ਤੋਤਾ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ, ਉਹ ਇਸ ਸਟੇਜ ਦੇ ਉੱਤੇ ਇਸ ਮੰਗ ਨੂੰ ਤੁਸੀਂ ਵਾਜਬ ਸਮਝਦੇ ਹੋ ਜਾਂ ਤੁਸੀਂ ਕਹਿ ਰਹੇ ਹੋ ਕਿ ਜਾਂਚ ਹੋਣੀ ਚਾਹੀਦੀ ਹੈ? ਦੇਖੋ, ਇਹਦੇ 'ਚ ਤੋਤਾ ਸਿੰਘ ਰਿਸਪੋਂਸੀਬਲ ਨੇ ਜੀ, ਜਾਂ ਮੰਗਲ ਸਿੰਘ ਰਿਸਪੋਂਸੀਬਲ ਨੇ, ਜਾਂ ਕੋਈ ਹੋਰ ਅਧਿਕਾਰੀ ਰਿਸਪੋਂਸੀਬਲ ਨੇ, ਜਾਂ ਉਹ ਜਿਹੜੀਆਂ ਜਿੱਥੋਂ ਮੈਨੂਫੈਕਚਰ ਹੋਈਆਂ ਨੇ ਉਹ ਪੈਸਟੀਸਾਈਡ, ਉਹ ਰਿਸਪੋਂਸੀਬਲ ਨੇ, ਇਹਦੀ ਜਾਂਚ ਕਰਕੇ ਜਿਹੜਾ ਵੀ ਦੋਸ਼ੀ ਹੋਵੇ ਉਹਨੂੰ ਸਜ਼ਾ ਮਿਲੇ। ਔਰ ਦੂਸਰਾ ਕੀ ਹੈ ਕਿ ਇਹਦੇ ਲਈ ਵੇ ਆਊਟ ਕੱਢੇ ਜਾਣ ਅੱਗੇ ਵਾਸਤੇ, ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਇਸ ਵੇਲੇ ਉਹ ਜ਼ਹਿਰੀਲੇ ਇੰਨੇ ਨੇ ਜਿਹੜੇ ਸਰੀਰ ਦੇ ਚਮੜੀ, ਉਹਨੂੰ ਵੀ ਕੋਈ ਵੀ ਮੈਡੀਸਨ ਜਿਹੜੀ ਹੈ ਜਾਂ ਕੋਈ ਵੀ ਪੈਸਟੀਸਾਈਡ ਜਿਹੜੀ ਹੈ ਉਹਨੂੰ ਨਹੀਂ ਮਾਰ ਸਕਦੀ, ਅਤੇ ਜੇ ਇਸ ਤਰ੍ਹਾਂ ਦੀ ਸਥਿਤੀ ਆ ਗਈ ਤਾਂ ਉਹ
ਏਰੀਏ ਜਿਹੜੇ ਨੇ ਰਹਿਣ ਦੇ ਕਾਬਲ ਵੀ ਨਹੀਂ ਰਹਿਣੇ। ਓਕੇ, ਇੱਦਾਂ ਦੀ, ਹਾਂ ਇੱਦਾਂ ਦੀ ਜਿਹੜੀ ਬੇਚੈਨੀ ਦਾ ਕਾਰਨ ਬਣਿਆ। ਬੇਚੈਨੀ ਦਾ ਕਾਰਨ। ਆਪਾਂ ਇਸ ਮੁੱਦੇ 'ਤੇ ਵੀ ਗੱਲ ਕਰਦੇ ਹਾਂ। ਕਲਮ ਕੰਬੋ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਕਿ ਜਿੱਦਾਂ ਦੇ ਹਾਲਾਤ ਉੱਥੇ ਬਣੇ ਹੈ, ਤੁਸੀਂ ਕੀ ਸਮਝਦੇ ਹੋ ਕਿ ਉਹਦੇ ਲਈ ਕੌਣ ਕਸੂਰਵਾਰ ਹੈ ਅਤੇ ਜਿਹੜੀ ਇਸ ਵੇਲੇ ਜਾਂਚ ਹੋ ਰਹੀ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪਹਿਲੀ ਗੱਲ ਤਾਂ ਮੈਂ ਗਰੇਵਾਲ ਸਾਹਿਬ ਸਰਕਾਰ ਦਾ ਹਿੱਸਾ ਨੇ, ਸਰਕਾਰ ਜੀ ਨੇ ਜੀ ਜੀ, ਅਤੇ ਇਹਨਾਂ ਨੂੰ ਜਵਾਬ ਦੇਣਾ ਪਊਗਾ। ਲੇਕਿਨ ਕੋਈ ਅਕਾਲੀ ਮੰਤਰੀ ਇੱਥੇ ਹੁੰਦਾ ਜਾਂ ਅਕਾਲੀਆਂ ਦਾ ਸਪੋਕਸਪਰਸਨ ਹੁੰਦਾ ਤਾਂ ਜ਼ਿਆਦਾ ਚੰਗਾ ਹੁੰਦਾ, ਪਰ ਉਹ ਮੂੰਹ 'ਚ ਪਾਉਂਦੇ ਫਿਰ ਰਹੇ ਜੀ। ਪਰ ਮੈਂ ਥੋੜ੍ਹਾ ਇਸ ਗੱਲ 'ਤੇ ਸਮਝਦੇ ਹਾਂ ਕਿ ਵੀ ਬੀਜੇਪੀ ਵੀ ਸਰਕਾਰ ਦਾ ਇੱਕ ਹਿੱਸਾ ਹੈਗੀ ਹੈ। ਚਾਹੇ ਸਰਕਾਰ ਜੀ ਨੇ, ਇਹਨਾਂ ਨੂੰ ਪੁੱਛ ਲੈਂਦੇ ਹਾਂ ਜੀ। ਤੋ ਇਹ ਦੱਸੋ ਗਰੇਵਾਲ ਸਾਹਿਬ ਕਿ ਇੱਕ ਮਿਨਿਸਟਰ ਦੀਆਂ ਕੀ ਡਿਊਟੀਜ਼ ਹੁੰਦੀਆਂ, ਕੀ ਉਹਦਾ ਕੰਮ ਹੈਗਾ ਕਿ ਟੋਟਾ ਕੈਮਰੀ ਉਹਨਾਂ ਨੂੰ ਦੇਤੀ ਹੈ, ਉਹਦੇ ਉੱਤੇ ਲਾਲ ਬੱਤੀ ਲਾਈ ਹੋਈ ਹੈ, ਝੰਡੀ ਲਾਈ ਹੋਈ ਹੈ, ਇੱਕ ਅੱਗੇ ਗੱਡੀ ਗਾਰਡ ਦੀ ਜਾ ਰਹੀ ਹੈ ਜਿਹਦੇ 'ਚ 5-6 ਸਿਪਾਹੀ ਹੈ, ਅਤੇ ਉਹਨਾਂ ਦਾ ਕੰਮ ਸਿਰਫ MBA ਕਰਨਾ, ਆਪਣੀ ਮੈਰਿਜ ਅਟੈਂਡ ਕਰਨੀ, ਭੋਗ ਅਟੈਂਡ ਕਰਨੇ, ਅਖੰਡ ਪਾਠ ਅਟੈਂਡ ਕਰਨੇ, ਇਹ ਉਹਨਾਂ ਦਾ ਕੰਮ ਹੈ? ਜਾਂ ਉਹਨਾਂ ਦੀ ਕੋਈ ਰਿਸਪੋਂਸੀਬਿਲਟੀ ਵੀ ਹੈ, ਕੋਈ ਜ਼ਿੰਮੇਵਾਰੀ ਹੈ? ਕੀ ਉਹਨਾਂ ਦੀ ਕੋਈ ਅਕਾਊਂਟੇਬਿਲਟੀ ਹੈ? ਕਿੰਨੇ ਬੰਦੇ ਮਰ ਗਏ, ਕਿੰਨੇ ਬੰਦੇ ਜਿਹੜੇ ਆ ਕੁੱਖੋਂ ਹੌਲੇ ਹੋ ਗਏ, ਕਿੰਨੇ ਬੰਦੇ ਹੈ ਜਿਹੜੇ ਨਾ ਜਿਉਂਦਿਆਂ 'ਚ ਹੈ ਨਾ ਮਰਿਆਂ 'ਚ ਹੈ? ਅਤੇ ਤੁਸੀਂ ਕਹਿੰਦੇ ਹੈਗੇ ਹੋ ਕਿ ਤੋਤਾ ਸਿੰਘ ਹੋਣੀ ਦਾ ਕੋਈ ਜਵਾਬ ਹੀ ਨਹੀਂ, ਇਹ ਗੱਲ ਕਿਸੇ ਦੇ ਗਲਿਓਂ ਉੱਤਰਦੀ ਨਹੀਂ। ਓਕੇ, ਕਿ ਜਿਹੜਾ ਇੱਕ ਛੋਟਾ ਜਿਹਾ ਅਫਸਰ ਜੇ ਖਾਲੀ 10 ਲੱਖ ਦੀ ਪਰਚੇਜ਼ ਕਰ ਸਕਦਾ, ਉਹ ਕਰੋੜਾਂ ਰੁਪਏ ਦੀ ਪਰਚੇਜ਼ ਕਰ ਲਓ ਅਤੇ ਮਿਨਿਸਟਰ ਕਹੇ ਮੈਨੂੰ ਪਤਾ ਹੀ ਨਹੀਂ? ਉਸ ਗੱਲ ਨੂੰ ਛੱਡੋ। ਇੱਕ ਗੱਲ ਹੋਰ ਤੁਸੀਂ ਕਹਿ ਰਹੇ ਕਿ ਗਰੇਵਾਲ ਸਾਹਿਬ ਕਿ ਇਨਕੁਆਇਰੀ ਕਿਹੜੀ ਹੋਣੀ ਹੈ ਜੀ? ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ, ਸਰਦਾਰ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸਾਹਿਬ ਕਹਿੰਦੇ ਨੇ ਇਨਕੁਆਇਰੀ ਕਰਾਵਾਂਗੇ, ਪਰ ਤੋਤਾ ਸਿੰਘ ਨੂੰ ਕਲੀਨ ਚਿੱਟ। ਜਦੋਂ ਹੋਮ ਮਿਨਿਸਟਰ ਕਹਿੰਦਾ ਹੈ ਔਰ ਇੱਕ SP ਮਿਸ ਜਗਦਾਲੇ ਨੂੰ ਡਿਊਟੀ ਦਿੰਦਾ ਹੈ ਔਰ ਹੋਮ ਮਿਨਿਸਟਰ ਕਹੇ ਕਿ ਤੋਤਾ ਸਿੰਘ ਕਲੀਨ ਹੈ ਜੀ, ਤਾਂ ਉਹ ਵਿਚਾਰੀ ਮਿਸ ਜਗਦਾਲੇ ਜਿਹੜੀ ਹੈ ਉਹ ਕੀ ਇਨਕੁਆਇਰੀ ਕਰੇਗੀ? ਤੁਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ ਤੋਤਾ ਸਿੰਘ ਨੂੰ ਕਲੀਨ ਹੈਗਾ। ਜਿਹੜਾ ਹੋਮ ਮਿਨਿਸਟਰ ਹੁੰਦਾ ਨਾ, ਉਹ ਜੇ ਤੁਸੀਂ ਵਿਵਸਥਾ 'ਚ ਜਾ ਕੇ ਦੇਖੋ ਜੀ ਜੀ, ਤਾਂ ਉਹਦੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਪਹਿਲਾਂ ਹੀ ਹੁੰਦੀ ਹੈ, ਉਹਨਾਂ ਕੋਲ ਇਨਫੋਰਮੇਸ਼ਨ ਹੋਣੀ ਆ, ਉਸ ਦੇ ਆਧਾਰ 'ਤੇ ਉਹਨਾਂ ਨੇ ਕਿਹਾ ਹੋਣਾ ਕਿ ਤੋਤਾ ਸਿੰਘ ਦੋਸ਼ੀ ਨਹੀਂ ਹੈ ਜੀ ਜੀ, ਅਤੇ ਉਹ ਗੱਲ ਅਲੱਗ ਆ, ਪਰ ਫਿਰ ਵੀ ਜਾਂਚ ਤਾਂ ਹੋ ਹੀ ਰਹੀ ਹੈ। ਜਾਂਚ ਕੋਈ ਹੋਰ ਏਜੰਸੀ ਬਦਲਣਾ ਚਾਹੁੰਦੇ ਨੇ ਅਤੇ ਉਹ ਸਾਰੀਆਂ ਪਾਰਟੀਆਂ ਕਹਿਣ ਇਕਮਤ ਹੋ ਜਾਣ, ਏਜੰਸੀ ਵੀ ਬਦਲੀ ਜਾਏਗੀ। ਬਹੁਤ ਜ਼ਿਆਦਾ ਸੋਫਟ ਨੇ, ਇੰਟੈਲੀਜੈਂਸ ਹੁੰਦੀ ਹੈ, ਵਿਜੀਲੈਂਸ ਹੁੰਦੀ ਹੈ, ਦੁਨੀਆ ਭਰ ਦਾ ਉਹਨਾਂ ਕੋਲ ਕੰਮ ਹੁੰਦਾ ਹੈ। ਤਾਂ ਐਡਾ ਵੱਡਾ ਸਕੈਂਡਲ, ਤੁਸੀਂ ਇੱਕ ਗੱਲ ਦੇਖੋ ਜੀ, ਜਦੋਂ ਇਹਨਾਂ ਨੇ ਪਹਿਲੇ ਸੈਂਪਲ ਭੇਜੇ, ਜਿਹੜੀ ਸੈਕਟਰੀ ਦੀ ਰਿਪੋਰਟ ਹੈ ਉਹਦੇ ਵਿੱਚ ਜਿਹੜੀ ਉਹ ਸੀਗੀ 22 point something, ਉਹ ਪਿਓਰਟੀ ਹੋਣੀ ਚਾਹੀਦੀ ਸੀ ਜੀ। ਜਦੋਂ ਇਹ ਰੌਲਾ ਰੂੜਾ ਪੈ ਗਿਆ, ਉਹੀ ਬੈਚ ਨੰਬਰ, ਉਹੀ ਦਵਾਈ, ਉਹੀ ਕੰਪਨੀ, ਉਹ ਕਿੰਨੀ ਨਿਕਲੀ? ਇੱਕ 'ਚ 17.5, ਇੱਕ 'ਚ 16.8। ਓਕੇ ਓਕੇ ਓਕੇ, ਇਸ ਮੁੱਦੇ ਦੇ ਉੱਤੇ ਜੇ ਓਕੇ ਮਿਨਿਸਟਰ ਸਾਹਿਬ ਨੂੰ ਸਾਰਾ ਕੁਝ ਭਾਜੀ ਪਹਿਲਾਂ ਹੀ ਪਤਾ ਹੈ, ਕਹਿੰਦੇ ਕਿ ਮੇਰੇ ਤਾਂ ਕੰਮ ਹੀ ਨਹੀਂ ਸੀ ਨਾ ਹੋਣਾ। ਮੈਂ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਤੋਂ ਇਸ ਇਸ਼ੂ 'ਤੇ ਜਾਣਨਾ ਚਾਹੁੰਦਾ। ਨਹੀਂ, ਗੱਲ ਬੜੀ ਸਾਫ ਆ, ਇਹ ਤਾਂ ਹੋ ਨਹੀਂ ਸਕਦਾ ਕਿ ਡਾਇਰੈਕਟਰ ਐਗਰੀਕਲਚਰ ਉੱਥੇ ਗੱਫੇ ਲਾਉਂਦਾ ਹੋਵੇ, ਇੰਨੇ ਬੜੇ ਬੜੇ ਆਰਡਰ ਕਰਤੇ ਹੋਣ, ਉਹਦੇ 'ਚ ਕੋਟੇਸ਼ਨਾਂ ਦਾ ਵੀ ਰੌਲਾ ਪੈ ਰਿਹਾ ਜੀ, ਅਤੇ ਤੋਤਾ ਸਿੰਘ ਨੂੰ ਪਤਾ ਨਾ ਹੋਵੇ, ਅਤੇ ਇਹ ਤਾਂ ਗੱਲ ਹੈ ਕਿ ਇਹ ਮੋਰਲੀ ਵੈਸੇ ਹੀ ਫਰਜ਼ ਬਣਦਾ। ਅੱਛਾ, ਜੇ ਇਹ ਗੱਲ ਮੰਨ ਵੀ ਲਈ ਜਾਏ ਕਿ ਉਹਨਾਂ ਨੂੰ ਨਹੀਂ ਪਤਾ ਜੀ, ਫਿਰ ਵੀ ਮਾੜੀ ਗੱਲ ਆ ਕਿ ਤੁਹਾਨੂੰ ਤੁਸੀਂ ਸਰਕਾਰ ਚਲਾ ਰਹੇ ਹਾਂ, ਥੱਲੇ ਡਾਇਰੈਕਟਰ
ਕਰੋੜਾਂ ਰੁਪਈਏ ਦਾ ਬੰਗਲਿੰਗ ਕਰ ਰਿਹਾ ਔਰ ਸਾਰੇ ਕਿਸਾਨ ਮਾਰਦੇ ਆ, ਉਹ ਰੇਲਾਂ ਰੋਕੀ ਫਿਰਦੇ ਸਾਰੇ ਪੰਜਾਬ 'ਚ, ਅੱਜ ਵੀ ਰੋਕੀਆਂ, ਕੱਲ੍ਹ ਵੀ ਰੋਕੀਆਂ ਜੀ ਜੀ, ਅਤੇ ਉਹਨਾਂ ਦੇ 15 ਬੰਦਿਆਂ ਨੇ ਪਿਛਲੇ 7-8 ਦਿਨਾਂ 'ਚ ਸੂਇਸਾਈਡ ਕਰ ਲਿਆ ਆ, ਹੈ ਜਾ ਕੇ ਰੈਲੀ ਦੇ ਅੰਦਰ ਸੂਇਸਾਈਡ ਹੋਇਆ, ਅਤੇ ਇਹ ਬੰਦਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਵੈਸੇ ਹੀ ਕਹਿ ਦੇਣ ਜਾ ਕੇ ਹੱਥ ਜੋੜ ਕੇ ਵੀ ਅਸੀਂ ਅਸਤੀਫਾ ਦਿੰਦੇ ਹਾਂ, ਕੋਈ ਨਵਾਂ ਮਿਨਿਸਟਰ ਬਣ ਜੂ, ਭਾਵੇਂ ਲੋਕ ਅੱਗਿਓਂ ਇਹ ਕਹਿ ਹੀ ਦੇਣ ਕਿ ਨਹੀਂ ਨਹੀਂ ਜੀ ਤੁਹਾਡੇ ਕੋਈ ਕਸੂਰ ਨਹੀਂ ਹੈ, ਇਹ ਲੋਕ ਕਹਿਣ, ਲੋਕਾਂ ਦਾ ਤਾਂ ਗੁੱਸਾ ਦੇਖੋ। ਓਕੇ ਜਿਹੜਾ ਇਹ ਬੰਦਾ ਹੈ ਅਮਰਿੰਦਰ ਸਿੰਘ ਸੰਧੂ, ਸਾਰੀਆਂ ਅਖਬਾਰਾਂ 'ਚ ਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਇੱਕ ਖਾਸ ਆਦਮੀ ਹੈ, ਜੇ ਤੋਤਾ ਸਿੰਘ ਕਲੀਨ ਹੈ ਤਾਂ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਰਿਸਪੋਂਸਿਬਲ। ਓਕੇ ਕਹਿੰਦੇ ਸਿਟੀ ਸਿੰਘ, ਇਸ ਮੁੱਦੇ 'ਤੇ ਆਪਾਂ ਗੱਲ ਕਰਦੇ ਹਾਂ ਬਾਅਦ, ਜਿਹੜੀ ਇਹਨਾਂ ਨੇ ਇਸ਼ੂ ਰੇਸ ਕੀਤੇ ਇਸ ਗੱਲ ਦੇ ਉੱਤੇ, ਇੱਕ ਨੈਤਿਕ ਤੌਰ 'ਤੇ ਰਿਸਪੋਂਸੀਬਿਲਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਤੁਹਾਨੂੰ ਗਰੇਵਾਲ ਸਾਹਿਬ ਯਾਦ ਹੋ ਕਿ ਟ੍ਰੇਨ ਦੇ ਐਕਸੀਡੈਂਟ ਹੋ ਜਾਂਦੇ, ਇਹ ਨਹੀਂ ਕਿ ਰੇਲਵੇ ਮਿਨਿਸਟਰ ਜਿਹੜਾ ਹੈਗਾ ਉਹ ਐਕਸੀਡੈਂਟ ਕਰਾਉਣ ਦੇ ਲਈ ਜ਼ਿੰਮੇਵਾਰ ਹੈ। ਉਹ ਕਹਿੰਦਾ ਕਿ ਮੈਂ ਨੈਤਿਕ ਆਧਾਰ 'ਤੇ ਜ਼ਿੰਮੇਵਾਰੀ ਲੈਣਾ, ਅਸਤੀਫਾ ਲੈਣਾ ਹੈ। ਪ੍ਰੋਫੈਸਰ ਮਨਜੀਤ ਸਿੰਘ ਨੇ ਜਿਹੜਾ ਇਸ਼ੂ ਰੇਸ ਕੀਤਾ ਕਿ ਨੈਤਿਕ ਰਿਸਪੋਂਸੀਬਿਲਟੀ ਬਣਦੀ ਹੈ, ਪੰਜਾਬ ਦੇ ਹਜ਼ਾਰਾਂ ਹੀ ਕਿਸਾਨ ਇਹਦੇ ਨਾਲ ਪ੍ਰਭਾਵਿਤ ਹੋਏ ਹੈ, ਆਖਿਰਕਾਰ ਕਿਤੇ ਕੋਈ ਨੈਤਿਕ ਜ਼ਿੰਮੇਵਾਰੀ ਬਣਦੀ ਕਿ ਨਹੀਂ ਬਣਦੀ? ਦੇਖੋ ਇਹਦੇ 'ਚ ਸਭ ਤੋਂ ਪਹਿਲੀ ਚੀਜ਼ ਤਾਂ ਸਾਨੂੰ ਇਹ ਸੋਚਣੀ ਪਏਗੀ ਕਿ ਇਹਦਾ ਪਰਮਾਨੈਂਟ ਸਲਿਊਸ਼ਨ ਕੀ ਆ ਜੀ, ਔਰ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਰ ਵਾਰ ਹੋਣਗੀਆਂ, ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਕਿਸਾਨਾਂ ਨਾਲ ਜੀ ਜੀ ਜੀ, ਉਹ ਇੰਨੇ ਬੜੇ ਲੈਵਲ 'ਤੇ ਨਹੀਂ ਹੋਈਆਂ ਸੀ ਕਿ ਵੀ ਇੱਕ ਪੂਰੀ ਦੀ ਪੂਰੀ ਫਸਲ ਹੀ ਸਟੇਟ ਦੀ ਤਬਾਹ ਹੋ ਜਾਏ ਜੀ, ਉਹ ਨਹੀਂ ਹੋਈਆਂ ਸੀ, ਇਹ ਪਹਿਲੀ ਵਾਰ ਐਸਾ ਹੋਇਆ। ਮਗਰ ਇਸ ਤੋਂ ਪਹਿਲਾਂ ਵੀ ਪੈਸਟੀਸਾਈਡਸ ਦਾ ਔਰ ਇਹਨਾਂ ਦਾ ਹੋ ਚੁੱਕਿਆ ਹੈਗਾ ਕਿ ਕਈ ਜਗ੍ਹਾ ਖਰਾਬ ਕਿਸਾਨਾਂ ਨੂੰ ਮਿਲੀਆਂ। ਓਕੇ, ਔਰ ਉਹਦੇ ਅਸੀਂ ਵੀ ਕਈ ਵਾਰ ਸ਼ੋਰ ਮਚਾਏ ਸੀ ਕਿ ਵੀ ਇਹ ਗਲਤ ਹੋਇਆ, ਉਹ ਈਵਨ ਸਾਡੀ ਸਰਕਾਰ ਦੇ ਦੌਰਾਨ ਵੀ ਹੋਏ ਔਰ ਕਾਂਗਰਸ ਦੀ ਸਰਕਾਰ ਦੇ ਦੌਰਾਨ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜੀ। ਇਹਦਾ ਪਰਮਾਨੈਂਟ ਸਲਿਊਸ਼ਨ ਕੀ ਆ ਉਹ ਸਾਨੂੰ ਕਰਨਾ ਪੈਣਾ, ਉਹਦੇ 'ਤੇ ਵੀ ਸਾਨੂੰ ਸੋਚਣਾ ਪੈਣਾ। ਔਰ ਜਿਹੜਾ ਤੋਤਾ ਸਿੰਘ ਹੋਣਾ ਦੀ ਗੱਲ ਆ, ਉਹਦੀ ਜਾਂਚ ਕਰਵਾ ਲੈਣ ਸਾਰੇ, ਇੱਕ ਵਿਧਾਨ ਸਭਾ ਦੀ ਇੱਕ ਕਮੇਟੀ ਬਣ ਜਾਏ, ਕੁਛ ਵਿਧਾਇਕ ਉਹਦੇ ਸੀਨੀਅਰ ਆ ਜਾਣ ਸਾਰੀਆਂ ਪਾਰਟੀਆਂ ਦੇ, ਉਹ ਜਾਂਚ ਕਰ ਲੈਣ, ਜੇ ਉਹ ਦੋਸ਼ੀ ਪਾਉਣ ਤਾਂ ਕਾਰਵਾਈ ਹੋ ਜਾਏ। ਓਕੇ ਗ੍ਰਿਵਲ ਜੀ, ਇਹਨਾਂ ਨੇ ਬੜੀ ਇੰਪੋਰਟੈਂਟ ਇਸ਼ੂ ਰੇਸ ਕੀਤਾ ਕਿ ਅਗਰ ਪਹਿਲੀ ਵਾਰੀ ਇਹ ਗੱਲ ਆ ਰਹੀ ਹੈ ਰੂਲਿੰਗ ਗਰੁੱਪ ਵੱਲੋਂ ਕਿ ਅਗਰ ਇੱਦਾਂ ਦਾ ਇਸ਼ੂ ਹੈਗਾ ਤਾਂ ਸਾਰੀਆਂ ਪਾਰਟੀਆਂ ਦੇ ਆਧਾਰ 'ਤੇ ਕਮੇਟੀ ਬਣ ਸਕਦੀ ਹੈ, ਜਿਹੜੀ ਜਿੱਦਾਂ ਪਾਰਲੀਮੈਂਟਰੀ ਕਮੇਟੀ ਹੁੰਦੀ ਹੈ, ਵਿਧਾਨ ਸਭਾ ਕਮੇਟੀ ਬਣ ਸਕਦੀ ਹੈ। ਤੁਸੀਂ ਇਹ ਤਾਂ ਗਰੇਵਾਲ ਸਾਹਿਬ ਕਹਿ ਰਹੇ ਨੇ, ਲੇਕਿਨ ਜਦੋਂ ਸੁਖਬੀਰ ਸਿੰਘ ਬਾਦਲ ਕਹਿੰਦਾ ਹੈ ਕਿ ਤੋਤਾ ਸਿੰਘ ਨੂੰ ਤਾਂ ਕਲੀਨ ਚਿੱਟ ਹੈ, ਤਾਂ ਕਿਹੜੀ ਕਮੇਟੀ ਭਾਜੀ? ਨਹੀਂ, ਆਪਾਂ ਪੋਲੀਟੀਕਲ ਤੌਰ 'ਤੇ ਇਸ ਇਸ਼ੂ ਦੇ ਉੱਤੇ ਲੈ ਰਹੇ ਹਾਂ, ਜਿੱਦਾਂ ਇਹਨਾਂ ਨੇ ਆਫਰ ਕੀਤਾ ਹੋ ਸਕਦੀ ਹੈ, ਇਹਨਾਂ ਦੇ ਆਫਰ ਨੂੰ ਕਹੇ ਸੁਖਬੀਰ ਸਿੰਘ ਬਾਦਲ, ਜਾਂ ਜੁਡੀਸ਼ੀਅਲ ਇਨਕੁਆਇਰੀ ਅਸੀਂ ਮੰਗ ਕਰਦੇ ਹਾਂ, ਜੁਡੀਸ਼ੀਅਲ ਇਨਕੁਆਇਰੀ ਕਰਾਵੇ। ਓਕੇ, ਇਹ ਐਸਪੀ ਕ੍ਰਾਈਮ ਜੀ ਜੀ ਜਗਦਾਲੇ ਤੋਂ ਰਿਪੋਰਟ ਕਰਨ ਦਾ ਕੀ ਮਤਲਬ ਹੈ? ਕੰਬੂ ਜੀ, ਇਹ ਤੁਸੀਂ ਇੱਕ ਗੱਲ ਹੋਰ ਇਹਨਾਂ ਨੇ ਕੀਤੀ ਜਿਹੜੀ ਪਹਿਲਾਂ ਵੀ ਹੁੰਦੀ ਰਹੀ ਹੈ, ਮੈਨੂੰ ਦੱਸੋ ਅੱਜ ਤੱਕ ਕਿਹੋ ਜਿਹਾ ਤਮਾਸ਼ਾ ਹੋਇਆ ਕਿ 11 ਰੁਪਏ ਦਾ ਚੈੱਕ ਕੰਪਨਸੇਸ਼ਨ ਵਾਸਤੇ ਗਿਆ? ਓਕੇ ਕਹਿੰਦੇ ਸਾਹਿਬ, ਬਿਲਕੁਲ ਠੀਕ ਨਹੀਂ, ਇਸ ਤੁਸੀਂ ਇਹਨਾਂ ਨੇ ਕਿਹਾ ਪਹਿਲਾਂ ਵੀ ਹੁੰਦਾ ਰਿਹਾ, ਮੈਨੂੰ ਦੱਸੋ ਅੱਜ ਤੱਕ ਹਿਸਟਰੀ ਦੇ ਵਿੱਚ ਕਿ 11 ਰੁਪਏ ਦਾ ਚੈੱਕ ਕੰਪਨਸੇਸ਼ਨ ਵਾਸਤੇ ਗਿਆ? ਓਕੇ ਕਹਿੰਦੇ ਸਾਹਿਬ, ਬਿਲਕੁਲ, ਮੈਂ ਇਸ ਮੁੱਦੇ ਦੇ ਉੱਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਹੈਗਾ ਪ੍ਰੋਫੈਸਰ ਮਨਜੀਤ ਸਿੰਘ ਤੁਹਾਡੇ ਵਿਊ ਵੀ ਲੈਣਾ ਚਾਹੁੰਦਾ। ਇਹ ਕਹਿ ਰਹੇ ਕਿ ਪਰਮਾਨੈਂਟ ਹੱਲ ਕਰਨਾ ਚਾਹੀਦਾ, ਨਾਲ ਇਹ ਵੀ ਕਹਿ ਰਹੇ ਕਿ ਪਹਿਲਾਂ ਵੀ ਹੁੰਦਾ ਰਿਹਾ, ਇਹਦਾ ਮਤਲਬ ਹੈ ਕਿ ਆਪਾਂ ਪਹਿਲਾਂ ਕਿਉਂ ਨਹੀਂ ਪਰਮਾਨੈਂਟ ਹੱਲ ਕੀਤਾ ਜੀ? ਮੈਂ ਦੱਸਦਾ ਤੁਹਾਨੂੰ, ਗਰੇਵਾਲ ਜੀ ਪਰਮਾਨੈਂਟ ਲੋ, ਮੈਂ ਇਹ ਕਹਿੰਦਾ ਯੂਰੀਆ ਇੱਥੇ ਗਲਤ ਮਿਲਦਾ, ਹੋਰ ਖਾਦਾਂ ਇੱਥੇ ਮਿਲਦੀਆਂ, ਹੋਰ ਸਪੂਰੀਅਸ ਮਿਲਦਾ, ਜਾਂ ਤਾਂ ਮਿਲਦਾ ਹੀ ਨਹੀਂ ਇਹੋ ਜਿਹੀ ਵੀ ਬੰਗਲਿੰਗ ਹੁੰਦੀ ਆ। ਇਹ ਪਰਮਾਨੈਂਟ ਹੱਲ ਕਮਿਸ਼ਨਾਂ ਬਣਨ 'ਚ, ਕਮੇਟੀਆਂ ਬਣਾਉਣ 'ਚ, ਸਾਂਝੀਆਂ ਪਾਰਟੀਆਂ ਦਾ ਸਾਂਝਾ ਕਮਿਸ਼ਨ ਬਣਨ 'ਚ ਨਹੀਂ, ਇਨਕੁਆਇਰੀ ਕਮਿਸ਼ਨ 'ਚ ਪਰਮਾਨੈਂਟ ਹੱਲ ਆ। ਇਹ ਪਾਰਟੀਆਂ ਨੂੰ ਨਵੇਂ ਸਿਰੋਂ ਸਿਰਜਣ ਦਾ, ਤਾਂ ਹੀ ਜਾ ਕੇ ਇੱਥੇ ਦੇ ਨਵਾਂ ਰੂਹ ਫੂਕਣੀ ਪੈਣੀ ਆ ਪੰਜਾਬ ਦੇ ਵਿੱਚ। ਇਕੱਲਾ ਬੰਦਾ ਦਾਗੀ ਆ, ਇਹ ਪਾਰਟੀਆਂ ਅੰਦਰੋਂ ਸੜ ਚੁੱਕੀਆਂ। ਪ੍ਰੋਫੈਸਰ ਮਨਜੀਤ ਸਿੰਘ, ਮੇਰੀ ਮਜ਼ਬੂਰੀ ਹੈ, ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ 'ਤੇ ਅਸੀਂ ਬੜੇ ਅਹਿਮ ਮੁੱਦੇ 'ਤੇ ਚਰਚਾ ਕਰ ਰਹੇ ਹਾਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਆਪਣੇ ਪੈਨਲ ਦੇ ਵਿੱਚ, ਕਿ ਜੋ ਮਾਲਵਾ ਪੱਟੀ 'ਚ ਸਥਿਤੀ ਬਣੀ ਹੈ, ਆਖਿਰ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਡਿਬੇਟ ਤੋਂ ਬਾਅਦ ਚਰਚਾ ਕਰਾਂਗੇ ਇਸ ਮੁੱਦੇ 'ਤੇ ਵਾਪਸ।
ਗਲੋਬਲ ਪੰਜਾਬ ਟੀ ਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਗਰੇਵਾਲ ਸਾਹਿਬ, ਬ੍ਰੇਕ ਤੋਂ ਪਹਿਲਾਂ ਆਪਾਂ ਜਿਸ ਮੁੱਦੇ 'ਤੇ ਚਰਚਾ ਕਰ ਰਹੇ ਸੀ, ਅਕਸਰ ਇੱਕ ਇਹ ਵੀ ਗੱਲ ਜਿਹੜੀ ਹੈਗੀ ਹਕਮ ਧਿਰ ਵੱਲੋਂ ਕਹੀ ਜਾ ਰਹੀ ਹੈ, ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਵਿਧਾਨ ਸਭਾ ਦੀ ਕਮੇਟੀ ਬਣ ਜੇ, ਹਕਮ ਧਿਰ ਵੱਲੋਂ ਕਈ ਦਿੰਦੀਆਂ ਪ੍ਰਪੋਜ਼ਲ ਵੀ ਦਿੱਤੀਆਂ ਜਾ ਰਹੀਆਂ, ਔਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਵੀ ਅਸੀਂ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਕਿਸਾਨ ਆ, ਪ੍ਰਭਾਵਿਤ ਕਿਸਾਨ ਆ, ਉਹਨਾਂ ਲਈ ਕਾਫੀ ਕੁਝ ਕਰ ਰਹੇ ਹਾਂ, ਅਤੇ ਦੂਜੇ ਪਾਸੇ ਐਲੀਗੇਸ਼ਨ ਲੱਗ ਰਿਹਾ ਕਿ ਰਾਜਸੀ ਰੋਟੀਆਂ ਸੇਕੀਆਂ ਜਾ ਰਹੀਆਂ ਵਿਰੋਧੀ ਧਿਰ ਵੱਲੋਂ। ਦੇਖੋ, ਇਸ ਤਰ੍ਹਾਂ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਆਰਥਿਕ ਹਾਲਾਤ ਕੈਸੇ ਵੀ ਨੇ, ਫਿਰ ਵੀ 600 ਕਰੋੜ ਇਸ ਲਈ ਰੱਖਿਆ ਜੀ ਜੀ, ਔਰ ਹੋਰ ਵੀ ਕੇਂਦਰ ਕੋਲੋਂ ਵੀ ਉਹ ਮੰਗ ਕਰ ਰਹੇ ਨੇ। ਉਹ ਤਾਂ ਮਨ ਦੀ ਇੱਛਾ ਤਾਂ ਇਹ ਹੈ ਕਿ ਵੀ ਕਿਸਾਨ ਦਾ ਕਿਸੇ ਤਰ੍ਹਾਂ ਭਰਪਾਈ ਹੋਵੇ, ਪਰ ਉਹ 600 ਕਰੋੜ ਨਾਲ ਨਹੀਂ ਹੁੰਦੀ, ਉਸ ਤੋਂ ਜ਼ਿਆਦਾ ਕਰੋੜ ਤਾਂ ਕਿਹਾ ਜਾ ਰਿਹਾ ਕਿ ਗਰੇਵਾਲ ਸਾਹਿਬ ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ ਜੀ, ਅਤੇ ਇਹ ਘੱਟ ਤੋਂ ਘੱਟ 2,500 ਕਰੋੜ ਤੱਕ ਹੋਏਗਾ, ਤਦ ਜਾ ਕੇ ਕਿਸਾਨ ਨੂੰ ਕੁਛ ਥੋੜ੍ਹਾ ਬਹੁਤ ਜੀ। ਗਰੇਵਾਲ ਜੀ, ਪਰ ਕੇਂਦਰ ਦੇ ਵਿੱਚ ਆਪਣੀ ਸਰਕਾਰ ਹੀ ਬੈਠੀ ਹੈ, 2,500 ਕਰੋੜ ਹੋਏਗਾ, ਤਾਂ ਉਹਦੇ ਲਈ ਬੀਜੇਪੀ ਨੂੰ ਵੀ ਨੰਗੇ ਪੈਰੀ ਜਾ ਕੇ ਦਿੱਲੀ ਦੇ ਵਿੱਚ ਕਰਨਾ ਚਾਹੀਦਾ। ਅਸੀਂ ਜ਼ਰੂਰ ਕਰਾਂਗੇ, ਕਰ ਰਹੇ ਹਾਂ, ਗੱਲਬਾਤ ਵੀ ਹੋਏਗੀ, ਅਤੇ ਇਹ ਪੰਜਾਬ ਸਰਕਾਰ ਦੀ ਤਰਫੋਂ ਵੀ ਗੱਲ ਜਾ ਰਹੀ ਹੈ। ਓਕੇ, ਔਰ ਦੂਸਰੀ ਗੱਲ ਕੀ ਆ ਕਿ ਮੈਂ ਇਹਦੇ 'ਚ ਕਿਸਾਨ ਦੇ ਲਈ ਇੱਕੋ ਗੱਲ ਕਹੂੰਗਾ, ਇੱਕ ਤਾਂ ਇਹਦੇ ਲਈ ਜਿਹੜੀ ਕ੍ਰੋਪ ਇੰਸ਼ੋਰੈਂਸ ਆ ਉਹਨੂੰ ਬਿਲਕੁਲ ਠੀਕ ਕਰਨਾ ਪੈਣਾ, ਦਰੁਸਤ ਕਰਨਾ ਪੈਣਾ, ਉਹ ਠੀਕ ਨਹੀਂ ਹੈ ਅਜੇ ਤੱਕ ਸਾਡੇ ਪੱਤੀ ਜੀ ਜੀ, ਔਰ ਉਹ ਕਿਸਾਨ ਨੂੰ ਉਹਦੀ ਫਸਲ ਦੀ ਇਸ ਤਰ੍ਹਾਂ ਦੀ ਕੋਈ ਹੋਵੇ ਗੱਲ ਤਾਂ ਉਹਨੂੰ ਉਹਦੀ ਭਰਪਾਈ ਜ਼ਰੂਰ ਹੋਵੇ, ਇਹ ਨਿਸ਼ਚਿਤ ਕਰਨਾ ਪੈਣਾ। ਔਰ ਦੂਸਰਾ, ਜੋ ਕਿਸਾਨ ਪਰਿਵਾਰਾਂ ਦੀ, ਹੋਰ ਵੀ ਕਈ ਪਾਰਟੀਆਂ ਦੇ ਲੀਡਰ ਇੱਦਾਂ ਦੀ ਗੱਲ ਬੋਲਦੇ ਆ, ਇੱਕ ਦੋ ਜਗ੍ਹਾ ਤੋਂ ਆਈ ਆ, ਕਿ ਜਿਹੜੇ ਕਿਸਾਨ ਪਰਿਵਾਰ ਨੇ ਉਹਨਾਂ ਦੀ ਘੱਟੋ ਘੱਟ ਆਮਦਨ ਜ਼ਰੂਰ ਤੈਅ ਕਰਨੀ ਪੈਣੀ ਹੈ, ਉਹਨਾਂ ਨੂੰ ਨਿਸ਼ਚਿਤ ਹੋਵੇ ਕਿ ਮਿਨੀਮਮ ਇੰਨਾ ਤਾਂ ਪਰਿਵਾਰ ਹੋਵੇ ਜੀ, ਹਾਂ 5,000-7,000, ਕਿਉਂਕਿ ਕਿਸਾਨ ਕੋਲ ਜ਼ਮੀਨ ਹੀ 1.5 ਏਕੜ ਰਹਿੰਦੀ ਜਾ ਰਹੀ ਹੈ। ਪੰਜਾਬ 'ਚ ਹਰ 5ਵਾਂ ਕਿਸਾਨ ਜਿਹੜਾ ਪਰਿਵਾਰ ਆ ਉਹ ਭੂਮੀਹੀਣ ਹੋ ਗਿਆ ਜੀ ਜੀ, ਤਾਂ ਜ਼ਮੀਨ ਦੇ ਛੋਟੇ ਟੁਕੜੇ ਹੋ ਗਏ ਜੀ, ਅਤੇ ਕਿਸਾਨ ਕੋਲ ਹੋਰ, ਉਹ ਅਨਪੜ੍ਹ ਹੈਗਾ, ਹੋਰ ਕੋਈ ਕੰਮ ਨਹੀਂ ਕਰ ਸਕਦਾ, ਉਹਦੇ ਲਈ ਉਹਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਇੰਤਜ਼ਾਮ ਕਰਨਾ ਪੈਣਾ, ਇਹਦੇ 'ਤੇ ਸੋਚ ਨੀਤੀਆਂ ਬਣਾਉਣ ਦੀ ਲੋੜ ਜਿਹੜੀ ਕਿ ਕਰਨ ਸਿਲੀ ਕੰਬੋਜ, ਜਿਹੜਾ ਇਹਨਾਂ ਦੀ ਪ੍ਰਪੋਜ਼ਲ ਹੈ ਕਿ ਫਾਰਮਰਸ ਦੇ ਲਈ ਜਦੋਂ ਇੱਦਾਂ ਦੀ ਕੋਈ ਆਫਤ ਆਉਂਦੀ ਹੈ, ਜਿੱਦਾਂ ਇਹਨਾਂ ਨੇ ਬੀਮਾ ਦੀ ਗੱਲ ਕੀਤੀ, ਇੱਦਾਂ ਦੀਆਂ ਸਕੀਮਾਂ ਹੋਣੀਆਂ ਚਾਹੀਦੀਆਂ ਕਮ ਸੇ ਕਮ ਆਫਤ ਵੇਲੇ ਕਿਸਾਨ ਨੂੰ ਬਚਾਇਆ ਜਾ ਸਕੇ। ਭਾਅ ਜੀ, 9 ਸਾਲ ਹੋ ਗਏ ਅੱਜ ਇਹ ਸੁੱਤੇ ਉੱਠੇ ਹੈ, ਜਦੋਂ ਇਹ ਘਰਾਂ ਨੂੰ ਵਾਪਸ ਜਾ ਰਹੇ ਹੈ, ਇਹਨਾਂ ਦੀਆਂ ਇਸ ਵੇਲੇ ਗੱਲਾਂ ਦਾ ਕੋਈ ਮਤਲਬ ਨਹੀਂ। ਨਾਲੇ ਤੁਸੀਂ ਗਰੇਵਾਲ ਸਾਹਿਬ ਨੂੰ ਬਿਠਾ ਲਿਆ, ਇਹ ਤਾਂ ਖੁਦ ਨੂੰ ਰੋਂਦੇ ਫਿਰਦੇ ਆ, ਆਪ ਕਿਧਰ ਜਾਏ ਹਾਂ ਦਾ ਐਸਾ, ਤੁਸੀਂ ਬਾਰ-ਬਾਰ ਗਰੇਵਾਲ ਸਾਹਿਬ ਤਾਂ ਇਹਨਾਂ ਨੂੰ ਸਰਕਾਰ ਦੇ ਬਾਹਰ ਕਢਾਉਣ ਦਾ ਰਦਾ ਤਾਂ ਨਹੀਂ। ਗਰੇਵਾਲ ਸਾਹਿਬ ਆ ਕਹਿ ਰਹੇ, ਹਮ ਕਿਧਰ ਜਾਏ, ਹਮ ਕਿਸ ਕੋ ਦਿਖਲਾਏ, ਹਮ ਜੇ ਜ਼ਖਮੇ ਦਿਲ ਆਪਣਾ, ਇਹਨਾਂ ਦੀ ਤਾਂ ਉਹ ਹਾਲਤ ਹੈ, ਸੱਪ ਦੇ ਮੂੰਹ 'ਚ ਕੋੜ ਕਿਰਲੀ, ਨਾ ਛੱਡਣ ਜੋਗੀ, ਨਾ ਅੰਦਰ ਲਗਾਉਣ ਜੋਗੀ, ਤਾਂ ਇਹਨਾਂ ਦੇ ਉੱਤੇ ਗਰੇਵਾਲ ਸਾਹਿਬ ਦੇ ਉੱਤੇ ਤਾਂ ਆਪਾਂ ਨੂੰ ਕੋਈ ਬਹੁਤਾ ਗੁੱਸਾ ਨਹੀਂ। ਪਰ ਗੱਲ ਇੱਕ ਵੀ ਠਹਿਰ, ਜਿਹੜੀ ਗੱਲ ਮੈਂ ਕਰਨੀ ਚਾਹੁੰਦਾ, ਜਿਹੜੀ ਇਹਨਾਂ ਨੇ ਗੱਲ ਕੀਤੀ 600 ਕਰੋੜ ਰੁਪਏ ਜੀ ਜੀ, 8,000 ਏਕੜ ਦਾ ਉਹ ਸਵਾਲ ਜਿਹੜਾ ਬਾਦਲ ਸਾਹਿਬ ਨੇ ਕਿਹਾ ਜੀ ਅਸੀਂ ਦੇਵਾਂਗੇ ਜੀ, ਇੱਕ ਸਪਰੇਅ ਕਰਨ ਨੂੰ 3,300 ਰੁਪਇਆ ਲੱਗਦਾ, ਲੱਗਿਆ 10 ਤੋਂ 12 ਸਪਰੇਆਂ ਇੱਕ ਇੱਕ ਕਿਸਾਨ ਨੇ ਇੱਕ ਕੀਤੀ ਹੈ, ਇੱਕ ਇੱਕ ਏਕੜ ਦੇ ਜੀ ਜੀ, ਇਹਦਾ ਮਤਲਬ 40,000 ਰੁਪਇਆ ਉਹਦਾ ਸਪਰੇਅ ਕਰਨ 'ਤੇ ਲੱਗਿਆ, 20,000 ਮਤਲਬ 40,000 ਸਾਲ ਦਾ ਠੇਕਾ, 20,000 ਉਹਨੇ ਠੇਕੇ ਦਾ ਦੇਣਾ ਬਿਲਕੁਲ, ਫਿਰ ਇਹ ਜਿਹੜਾ 40,000 ਚੁੱਕਿਆ ਅਤੇ 20,000 ਚੁੱਕਿਆ, ਉਹਦੇ ਉੱਤੇ ਨੇ 2%, 2.5%, 3% ਆੜ੍ਹਤੀਆਂ ਨੂੰ ਪੈਸੇ ਦੇਣੇ। ਓਕੇ, ਇਹ ਸਿਰਫ ਸਪਰੇਅ ਦੀ ਗੱਲ ਹੈ, ਉਸ ਤੋਂ ਬਿਨਾਂ ਉਹਦੀ ਕਲਟੀਵੇਸ਼ਨ ਦੇ ਉੱਤੇ ਜਾਂ ਬਾਕੀ ਤੋੜ ਤੜਾਈ ਦੇ ਉੱਤੇ ਉਹ ਜਿਹੜੇ ਖਰਚੇ ਉਹ ਪਾ ਲਓ ਤਾਂ ਕਿੰਨਾ ਬਣਦਾ ਜੀ, ਤੁਸੀਂ ਵਿਆਜ ਪਾ ਲਓ ਕਿੰਨਾ ਬਣਦਾ, ਇਹ ਘੱਟੋ ਘੱਟ 70-80,000 ਰੁਪਇਆ ਉਹਦਾ ਇੱਕ ਜ਼ਮੀਨ ਦੇ ਉੱਤੇ ਲੱਗਿਆ। ਓਕੇ, ਤੁਹਾਨੂੰ ਲੱਗਦਾ ਕਿ ਕੋਈ ਉਹਦੇ ਵਿੱਚ ਤੁਸੀਂ 8,000 ਦਿੰਦੇ ਹੋ? ਭਾਜੀ, ਲੋਕਾਂ ਨਾਲ ਮਜ਼ਾਕ ਕਰਦੇ ਹੋ, ਲੋਕਾਂ ਨੂੰ ਮਾਰੀ ਜਾ ਰਹੇ ਹੋ, ਹੋਰ ਮਰਨ ਲਈ ਤਿਆਰ ਕਰੀ ਜਾ ਰਹੇ ਹੋ,
ਕੁਛ ਤਾਂ ਜਿਹੜਾ ਹੈ ਕੋਈ ਜਿਹੜਾ ਹੈ 600 ਕਰੋੜ ਰੁਪਇਆ ਦੇ ਕਹਿਣ ਲੱਗੇ, ਬਾਦਲ ਸਾਹਿਬ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਮੈਂ 600 ਕਰੋੜ ਰੁਪਇਆ ਕੰਪਨਸੇਸ਼ਨ ਦੇ ਰਿਹਾ। ਉਹ ਕੀ ਕਮੋਸਰ, ਮੈਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਇਸ ਮੁੱਦੇ 'ਤੇ ਪੁੱਛਣਾ ਚਾਹ ਪ੍ਰੋਫੈਸਰ, ਜਿਹੜੀ ਇਹ ਗੱਲ ਆ ਰਹੀ ਹੈ 600 ਕਰੋੜ ਰੁਪਏ ਦੀ, ਜਿੱਦਾਂ ਸਿਡੀ ਕੰਬੋਜ਼ ਉਹਨਾਂ ਨੇ ਕਿਹਾ ਕਿ ਜੇ ਸਾਰੇ ਖਰਚੇ ਪਾ ਲੈਣ ਤਾਂ ਘੱਟੋ ਘੱਟ 60-70 ਹਜ਼ਾਰ ਜਿਹੜਾ ਹੈਗਾ ਕਿਸਾਨ ਦਾ ਜਿਹੜਾ ਖਰਚਾ, ਉਹਦੇ 'ਤੇ 8,000 ਜਾਂ 6,000 ਦੀ ਭਰਪਾਈ ਕੀ ਹੋਈ? ਨਹੀਂ, ਉਹ ਤਕਰੀਬਨ ਆਪ ਹੀ ਕਿਸਾਨ ਜਿਹੜੀਆਂ ਸਭਾਵਾਂ ਆ ਉਹ ਸਾਰੀਆਂ ਇਹ ਮੰਗ ਕਰੀਆਂ ਕਿ 40-42 ਹਜ਼ਾਰ ਰੁਪਇਆ ਪਰ ਏਕੜ ਸਾਨੂੰ ਕੰਪਨਸੇਸ਼ਨ ਮਿਲਣਾ ਚਾਹੀਦਾ, ਅਤੇ ਮਜ਼ਦੂਰਾਂ ਲਈ ਵੀ 20,000 ਰੁਪਇਆ ਪਰ ਏਕੜ ਉਹ ਕੰਪਨਸੇਸ਼ਨ ਮੰਗ ਰਹੇ ਆ ਜੀ, ਕਿਉਂਕਿ ਮਜ਼ਦੂਰ ਤਾਂ ਬਿਲਕੁਲ ਕਿਸੇ ਪਾਸੇ ਦੇ ਨਹੀਂ ਰਹਿੰਦੇ। ਇਹ ਗੱਲਾਂ ਤਾਂ ਠੀਕ ਆ, ਪਰ ਅਲਟੀਮੇਟਲੀ ਹੱਲ ਸਰਕਾਰਾਂ ਕਿਸਾਨਾਂ ਪ੍ਰਤੀ ਸੀਰੀਅਸ ਨਹੀਂ, ਸੰਜੀਦਾ ਨਹੀਂ। ਸਭ ਤੋਂ ਦੁੱਖ ਦੀ ਗੱਲ ਇਹ ਆ ਜਦੋਂ ਸਿਰ 'ਤੇ ਪੈਂਦੀ ਆ ਉਹ ਰੇਲ ਟਰੈਕ 'ਤੇ ਬਹਿ ਜਾਂਦੇ, ਜਾ ਕੇ ਇਹ ਆਪਣਾ ਇੱਥੋਂ ਹੋਰ ਬਿਆਨਬਾਜ਼ੀ ਕਰਨ ਲੱਗ ਜਾਂਦੇ ਆ, ਅਤੇ ਰਾਜਨੀਤੀ ਪੂਰੀ ਭੱਖ ਜਾਂਦੀ ਆ, ਹਰ ਕੋਈ ਆਪੋ ਆਪਣਾ ਕੰਮ ਕਰਨ ਲੱਗ ਪੈਂਦਾ, ਕਿਸਾਨ ਸੁਇਸਾਈਡ ਕਰ ਰਿਹਾ। ਇਹਦਾ ਹੱਲ ਇਹੀ ਹੈ ਕਿ ਇੱਕ ਕੰਪਰੀਹੈਂਸਿਵ ਇੰਸ਼ੋਰੈਂਸ ਪਾਲਿਸੀ ਹੋਏ, ਬੀਮਾ ਪਾਲਿਸੀ ਹੋਏ, ਔਰ ਜਿਹਦੇ ਵਿੱਚ ਕਿਸਾਨ 100-150 ਰੁਪਈਆ ਪਰ ਏਕੜ ਨੋਮੀਨਲ ਪੈਸਾ ਦੇ ਕੇ ਬਾਕੀ ਸਰਕਾਰ ਕਰੇ ਸਾਰਾ ਹੋਵੇ। ਹਰ ਵਾਰੀ ਤਾਂ ਤਬਾਹੀ ਹੁੰਦੀ ਨਹੀਂ, ਕੰਪਨੀਆਂ ਨੂੰ ਵੀ ਉਹਦੇ 'ਚ ਫਾਇਦਾ ਹੀ ਆ। ਔਰ ਦੂਸਰਾ ਇੱਕ ਕਮਿਸ਼ਨ ਬਣੇ, ਐਗਰੀਕਲਚਰ ਕਮਿਸ਼ਨ ਬਣੇ, ਜੋ ਉਹਨਾਂ ਦੀ ਨਿਊਨਤਮ ਇਨਕਮ ਗਰੀਬ ਤੋਂ ਗਰੀਬ ਕਿਸਾਨ ਦੀ ਤੈਅ ਕਰੇ। ਅਸੀਂ ਆਲਰੇਡੀ ਜੈ ਕਿਸਾਨ ਅੰਦੋਲਨ ਦੇ ਵਿੱਚ ਮੰਗਾਂ ਪੂਰੀਆਂ ਇੱਥੇ ਜਦੋਂ ਅਸੀਂ ਕੀਤਾ ਸੀਗਾ ਜੋਗਿੰਦਰ ਯਾਦਵ ਦੀ ਅਗਵਾਈ ਵਿੱਚ, ਇਹ ਪੂਰੀਆਂ ਫਲੈਸ਼ ਕਰ ਚੁੱਕੇ ਹਾਂ, ਪਰ ਉਸ ਨੂੰ ਗੌਰਮੈਂਟ ਅਜੇ ਸੀਰੀਅਸਲੀ ਨਹੀਂ ਲੈ ਰਹੀ। ਜਿਹੜੀ ਕਮੋਜ ਜਿਹੜੀ ਇਹਨਾਂ ਨੇ ਜ਼ਿਕਰ ਕੀਤਾ, ਇਹ ਵੀ ਗੱਲ ਆਉਂਦੀ ਹੈ ਕਿ ਜੋ ਕਿਸਾਨ ਦੀ ਤਰਾਸਦੀ ਹੈ, ਕਿਹਾ ਜਾ ਰਿਹਾ ਕਿ ਵੀ ਇਹ ਕੇਵਲ ਹੁਣ ਸਾਲਾਂ ਦੀ ਗੱਲ ਨਹੀਂ, ਲੰਬੇ ਸਮੇਂ ਦੀ ਜਿਹੜੀ ਨੀਤੀਆਂ ਜਿਹਦੇ 'ਚ ਕਾਂਗਰਸ ਵੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਇਹਦੇ ਲਈ ਜ਼ਿੰਮੇਵਾਰ ਹੈ। ਕੋਈ ਵੀ ਸਰਕਾਰਾਂ ਤੁਹਾਨੂੰ ਇੰਨੀ ਸਬਸਿਡੀ ਨਹੀਂ ਦੇ ਸਕਦੀ, ਕਿਉਂਕਿ ਇਹਨਾਂ ਦੇ ਤਾਂ ਪਹਿਲਾਂ ਹੀ ਜਿਹੜਾ ਭਾਂਡੇ ਖਾਲੀ ਪਏ ਹੈਗੇ। ਲੇਕਿਨ ਰੁਜ਼ਗਾਰ ਨੂੰ, ਕਿਸਾਨੀ ਨੂੰ ਠੀਕ ਕਰਨ ਵਾਸਤੇ ਸਾਨੂੰ ਸੋਚਣਾ ਪਏਗਾ ਕਿ ਕਿੱਦਾਂ ਕੀਤਾ ਜਾ ਸਕਦਾ। ਸਭ ਤੋਂ ਵੱਡੀ ਪ੍ਰੋਬਲਮ ਕੀ ਹੈ? ਪ੍ਰੋਡਿਊਸ ਅਸੀਂ ਕੁਛ ਵੀ ਕਰ ਸਕਦੇ ਜੀ। ਅੱਜ ਕਿੰਨੇ ਮਿਲੀਅਨ ਟਨ ਜਿਹੜੀ ਹੈ ਦਾਲ ਅਰਹਰ ਦੀ ਇੰਡੀਆ ਦੇ ਵਿੱਚ, ਇੰਡੀਆ ਸਭ ਤੋਂ ਜ਼ਿਆਦਾ ਅਰਹਰ ਦੀ ਦਾਲ ਉਤਪਾਦਨ ਕਰਦਾ ਜੀ ਜੀ। ਉਸ ਤੋਂ ਬਾਅਦ ਵੀ ਸਾਡਾ 2.3 ਮਿਲੀਅਨ ਟਨ ਜਿਹੜੀ ਹੈ ਉਹ ਘਾਟੇ ਜਾ ਰਹੀ, ਜਿਹੜਾ ਅਸੀਂ ਇੰਪੋਰਟ ਕਰਨਾ। ਤਾਂ ਪੰਜਾਬ ਦੇ ਕਿਸਾਨ ਨੂੰ ਉਹ ਕਿਉਂ ਨਹੀਂ ਕਹਿੰਦੇ ਕਿ ਆਹ ਲੈ ਬੀ ਸਾਨੂੰ ਅਰਹਰ ਦੀ ਦਾਲ ਪੈਦਾ ਕਰਦੇ, ਜਿੱਦੋਂ ਅਸੀਂ ਇਹ ਪਾ ਚੁੱਕ ਲਾਂਗੇ ਜੀ ਜੀ। ਤੁਸੀਂ ਪ੍ਰੋਬਲਮ ਪ੍ਰੋਡਿਊਸ ਕਰਨ ਦੀ ਨਹੀਂ ਹੈ, ਮੈਂ ਤੁਹਾਨੂੰ ਟੋਕ ਕੇ ਕਹਿ ਰਿਹਾ ਕਿ ਬੜੀ ਅੱਛੇ ਤੁਹਾਡੇ ਪ੍ਰਪੋਜ਼ਲਸ ਹੈਗੀਆਂ, ਪਰ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਆ ਕਿ ਪੰਜਾਬ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ, ਜਦੋਂ ਉਸ ਵੇਲੇ ਬਜਟ ਪੇਸ਼ ਹੋਇਆ ਸੀ, ਉਸ ਬਜਟ 'ਚ ਵੀ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਦੇ ਫਾਰਮਰ ਨੂੰ ਕਿਹਾ ਜਾਏਗਾ ਕਿ 1 ਏਕੜ ਜ਼ਮੀਨ ਤੁਸੀਂ ਵਿੱਚ ਖਾਲੀ ਰੱਖ ਲਓ, 1 ਏਕੜ ਦੀ ਬਿਜਾਈ ਕਰੋ, ਅਸੀਂ ਤੁਹਾਨੂੰ ਖਾਲੀ ਜ਼ਮੀਨ ਦਾ ਵੀ ਮੁੱਲ ਦੇਵਾਂਗੇ। ਸਰ ਲਾਲ ਸਿੰਘ ਉਦੋਂ ਪੰਜਾਬ ਦੇ ਵਿੱਤ ਮੰਤਰੀ ਸੀ, ਪਰ ਉਹ ਸਕੀਮਾਂ ਵੀ ਤਰੀਆਂ ਤਰਾਈਆਂ ਰਹੀਆਂ ਕਾਂਗਰਸ ਦੇ ਵੇਲੇ, ਸਕੀਮਾਂ ਦੀਆਂ ਤਰੀਆਂ ਤਰਾਈਆਂ ਰਹਿ ਗਈਆਂ, ਕੱਲ ਹੀ ਆ ਗਏ ਮੇਰੀ ਗੱਲ ਸੁਣੋ। ਮੈਂ ਬਾਰ ਬਾਰ ਕਿਹਾ, ਤੁਹਾਡੇ ਚੈਨਲ ਤੋਂ ਵੀ ਕਿਹਾ, ਓਕੇ ਇਹ ਤਾਂ ਜਾ ਰਹੇ ਨੇ, ਇਹਨਾਂ ਦੀ ਫੱਟੀ ਪੁੱਛੀ ਗਈ, ਚਲੋ ਕਾਲੀਆਂ। ਮੇਰੀ ਗੱਲ ਸੁਣੋ, ਕਾਂਗਰਸ ਆਉਂਦੀ ਕਿ ਨਹੀਂ ਆਉਂਦੀ? ਰਾਈਟ, ਉਹ ਆਪ ਆ ਜਾਂਦੀ ਹੈ, ਕਾਂਗਰਸ ਆ ਜਾਂਦੀ ਹੈ, ਇਹ ਵੱਡਾ ਕੁਐਸਚਨ ਹੈ। ਰਾਈਟ, ਜੇ ਤਾਂ ਲੋਕ ਸੈਟਿਸਫਾਈ ਹੋਏ ਕਿ ਜੇ ਕਾਂਗਰਸ ਨੇ ਠੀਕ ਕੀਤਾ ਸੀ ਉਹਦੇ ਤੇ ਆ ਜਾਣਗੇ, ਤਾਂ ਆ ਜਾਣਗੇ, ਓਕੇ, ਨਹੀਂ ਤਾਂ ਲੋਕ ਬਦਲ ਜਾਣਗੇ। ਓਕੇ ਕਹਿੰਦੇ ਸਰ, ਸਮਾਂ ਬਹੁਤ, ਸਮਾਂ ਬਹੁਤ ਹੀ ਘੱਟ, 1 ਮਿੰਟ। ਉਹਨਾਂ ਨੂੰ ਤਾਂ ਬਾਰ ਬਾਰ ਕਹਿ ਰਹੇ ਕਿ ਇਹਦੇ ਚਲੇ ਗਏ, ਅਸੀਂ ਮੰਨ ਲੈਂਦੇ ਵੀ ਤੁਸੀਂ ਆ ਗਏ, ਪਰ ਤੁਸੀਂ ਆ ਕੇ ਤੁਸੀਂ ਤਾਂ ਚੈਨਲ 'ਤੇ ਵਾਅਦਾ ਕਰੋ ਵੀ ਅਸੀਂ ਸਾਰਾ ਕੁਝ ਲਾਗੂ ਕਰਾਂਗੇ।
ਅਸੀਂ ਮਿਨੀਮਮ ਇਨਕਮ ਵੀ ਲੋਕਾਂ ਨੂੰ ਦੇਵਾਂਗੇ, ਕਮਿਸ਼ਨ ਬਣਾਵਾਂਗੇ ਗਰੀਬ ਫਾਰਮਰਸ ਲਈ, ਔਰ ਅਸੀਂ ਇੰਸ਼ੋਰੈਂਸ ਵੀ ਕਰਾਂਗੇ। ਪਾਵਰ ਚ ਆਏ ਮੇਰੀ ਗੱਲ ਸੁਣੋ, ਬਿਲਕੁਲ ਬਰੀਫ ਕਰ ਸਿਟੀਜ਼ਨ ਕੰਪੋਜ਼, ਕਿਉਂਕਿ ਇਸ ਮੁੱਦੇ ਤੇ ਅਸੀਂ ਹੋਰ ਵੀ ਡਿਬੇਟਾਂ ਇਲੈਕਸ਼ਨ ਦੇ ਨੇੜੇ ਜਾ ਕੇ ਪੁੱਛਾਂਗੇ ਸਵਾਲ ਤੁਹਾਨੂੰ, ਜਦੋਂ ਤੁਸੀਂ ਮੈਨੀਫੈਸਟੋ ਜਾਰੀ ਕਰਾਂਗੇ। ਅੱਜ ਇਹ ਸਟੇਜ ਨਹੀਂ ਹੈ, ਦੈਟ ਇਜ਼ ਦ ਪੁਆਇੰਟ, ਜੀ ਅੱਜ ਇਹ ਸਟੇਜ, ਇਟ ਇਜ਼ ਨਾਟ, ਇਟ ਇਜ਼ ਅ ਜੈਨੂਇਨ ਡਿਮਾਂਡ, ਦੇਰ ਇਜ਼ ਨੋ ਡਾਊਟ, ਜਿਹੜੀ ਕਿ ਹੋਣੀ ਚਾਹੀਦੀ ਹੈ। ਓਕੇ, ਪਰ ਤੁਸੀਂ ਓਕੇ ਕਹਿੰਦੇ ਸਰ, ਬੜਾ ਸਿੰਘ ਨੂੰ ਪੁੱਛੋ ਮੇਰੀ ਕੀ ਔਕਾਤ ਹੈ, ਮੈਂ ਪਾਰਟੀ ਦੇ ਲੈਵਲ ਦੇ ਉੱਤੇ ਕੀ ਵਾਅਦਾ ਕਰ ਸਕਦਾ। ਓਕੇ ਓਕੇ ਕਹਿੰਦੇ ਜੀ, ਇੰਪੋਰਟੈਂਟ ਕੁਐਸਚਨ ਜਿਹੜਾ ਗ੍ਰੇਵਲ ਸਰ, ਜਿਸ ਮੁੱਦੇ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਪਰ ਇੱਕ ਬੜਾ ਅਹਿਮ ਸਵਾਲ ਹੈ, ਉਹ ਹੈ ਕਿ ਜੋ ਕੁਝ ਜਿਹੜਾ ਹੈਗਾ ਨਰਮਾ ਪੱਟੀ 'ਚ ਵਾਪਰ ਰਿਹਾ, ਉਹਦੇ ਨਾਲ ਇੱਕ ਸਮਾਜਿਕ ਤਣਾਅ ਪੈਦਾ ਹੋ ਰਿਹਾ ਪਰਿਵਾਰਾਂ ਦੇ ਅੰਦਰ। ਮੇਰੀ ਜਾਣਕਾਰੀ ਦੇ ਮੁਤਾਬਕ ਬਹੁਤ ਸਾਰੇ ਕਿਸਾਨ ਹੈ ਜਿਹੜੇ ਆਪਾਂ ਗੱਲ ਕਰਦੇ ਹਾਂ, ਨਸ਼ੇ ਬੰਦ ਹੋਣੇ ਚਾਹੀਦੇ ਹੈ, ਜਿਹੜੇ ਰਾਤ ਨੂੰ ਜਿਹੜਾ ਹੈ ਕੋਈ ਨਾ ਕੋਈ ਹਲਕਾ ਨਸ਼ਾ ਕਰਕੇ ਸੌਂਦੇ ਆ, ਕਿਉਂਕਿ ਕਿਸੇ ਤਰੀਕੇ ਨਾਲ ਉਹ ਆਪਣੀ ਰਾਤ ਕੱਟ ਸਕਣ ਇਸ ਬੇਚੈਨੀ ਦੇ ਕਰੋਂ ਜਿਹੜੀ। ਦੂਜੇ ਪਾਸੇ ਫਿਜ਼ੀਕਲ ਤੌਰ 'ਤੇ ਜਿੱਦਾਂ ਤੁਸੀਂ ਕਿਹਾ, ਉਹਨਾਂ ਨੂੰ ਪ੍ਰੋਬਲਮ ਆ ਰਹੀਆਂ, ਨਾ ਕਿ ਸਿਰਫ ਆਰਥਿਕ ਘਾਟਾ ਹੀ ਹੈ, ਮੈਨੂੰ ਡਰ ਹੈ ਕਿ ਵੀ ਬਹੁਤ ਵੱਡਾ ਇੱਕ ਸਮਾਜਿਕ ਤਣਾਅ ਉਸ ਖਿੱਤੇ 'ਚ ਖੜਾ ਹੋ ਰਿਹਾ। ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਵੀ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਜੀ ਨੂੰ ਪਗੜੀ ਸੰਭਾਲ ਜੱਟਾ ਅੰਦੋਲਨ ਚਲਾਉਣਾ ਪਿਆ, ਉਸ ਵੇਲੇ ਵੀ ਕਿਸਾਨ ਦੀ ਹਾਲਤ ਠੀਕ ਨਹੀਂ ਸੀ। ਓਕੇ, ਉਸ ਤੋਂ ਬਾਅਦ ਸਰ ਸਿਕੰਦਰ ਹਯਾਤ ਦੀ ਸਰਕਾਰ ਆਈ, ਛੋਟੂ ਰਾਮ ਉਹਦੇ 'ਚ ਵਜ਼ੀਰ ਬਣੇ, ਜਿਹੜੇ ਅੱਜ ਕਿਸਾਨਾਂ ਦੇ ਮਸੀਹਾ ਕਹੇ ਜਾਂਦੇ। ਉਹ ਉਸ ਵੇਲੇ ਕਿਸਾਨ ਕਰਜ਼ਾਈ ਸੀ, ਉਹਨੂੰ ਕਿਸਾਨਾਂ ਦੇ ਕਰਜ਼ੇ 'ਤੇ ਲਾਈਨ ਮਾਰਨੀ ਪਈ, ਔਰ ਉਸ ਤੋਂ ਬਾਅਦ ਲਗਾਤਾਰ ਉਹ ਨੀਤੀਆਂ 'ਚ ਸੁਧਾਰ ਨਹੀਂ ਹੋਇਆ, ਕਿਸਾਨ ਦੀ ਦਸ਼ਾ ਹੋਰ ਵਿਗੜਦੀ ਗਈ, ਅੱਜ ਬਹੁਤ ਜ਼ਿਆਦਾ ਐਸੀ ਸਥਿਤੀ 'ਤੇ ਆ ਗਈ ਹੈ, ਜਿਹਦੇ ਲਈ ਬਹੁਤ ਜ਼ਿਆਦਾ ਵਿਚਾਰ ਕਰਕੇ ਸਾਂਝੇ ਤੌਰ 'ਤੇ ਹਾਂ ਕਰਨਾ ਪੈਣਾ, ਨਹੀਂ ਤਾਂ ਦੇਸ਼ ਦੇ ਲਈ ਇੱਕ ਬਹੁਤ ਬੜੀ ਸਮੱਸਿਆ ਬਣੀ ਹੋਣੀ। ਇੰਪੋਰਟੈਂਟ ਇਸ਼ੂ ਕਰਨ ਸਿਟੀ ਕੰਪੋਜ਼, ਬਿਲਕੁਲ ਸੰਖੇਪ ਦੇ ਵਿੱਚ ਜਿੱਦਾਂ ਹੀ ਇਹਨਾਂ ਨੇ ਗੱਲ ਕੀਤੀ ਹੈ ਕਿ ਸਾਨੂੰ ਰਾਜਸੀ ਧਿਰਾਂ ਨੂੰ ਆਪਣੇ ਜਿਹੜੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ 'ਤੇ ਕੋਈ ਲੋੜ ਜਿਹੜੀ ਸੋਚ ਬਣਾਉਣ ਦੀ ਜ਼ਰੂਰਤ ਨਹੀਂ ਹੈ ਇਸ ਵੇਲੇ। ਮੇਰਾ ਖਿਆਲ ਉਹ ਮਿਸਟਰ ਗਰੇਵਾਲ ਹੀ ਨੇ, ਉਹ ਘੀਆ ਪ੍ਰੋਡਿਊਸ ਕਰਕੇ ਯੂਰਪ ਭੇਜਦੇ ਨੇ, ਰਾਈਟ, ਔਰ ਚੰਗੇ ਪੈਸੇ ਕਮਾ ਰਹੇ ਨੇ। ਇਹ ਕੰਮ ਛੋਟਾ ਕਿਸਾਨ ਨਹੀਂ ਕਰ ਸਕਦਾ, ਇਹ ਮਾਰਕੀਟਿੰਗ ਦਾ ਕੰਮ ਜਿਹੜਾ ਹੈ ਉਹ ਸਰਕਾਰਾਂ ਦੇ ਕੰਮ ਨੇ, ਉਹਨਾਂ ਨੂੰ ਕਰਨੇ ਚਾਹੀਦੇ ਨੇ। ਕਿਸਾਨਾਂ ਦੀ ਤ੍ਰਾਸਦੀ ਦੇ ਜਿਸ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਹੈ, ਇਹ ਗੱਲ ਬਿਲਕੁਲ ਬੜੀ ਸਪਸ਼ਟ ਹੈ ਜਿਹੜੀ ਇਹ ਤ੍ਰਾਸਦੀ ਹੈ, ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹਦੇ ਲਈ ਕੌਣ ਜ਼ਿੰਮੇਵਾਰ ਹੈ, ਸਰਕਾਰਾਂ, ਡੀਲਰ ਜਾਂ ਰਾਜਸੀ ਧਿਰਾਂ। ਅਲਟੀਮੇਟਲੀ ਗੱਲ ਇੱਥੇ ਆ ਕੇ ਖੜੀ ਹੁੰਦੀ ਹੈ, ਲੋਕਾਂ ਦੇ ਨਾਲ ਨਾਲ ਇੱਕ ਵੱਡੀ ਜ਼ਿੰਮੇਵਾਰੀ ਸਰਕਾਰਾਂ ਦੇ ਕੰਧਿਆਂ 'ਤੇ ਵੀ ਹੈ, ਜਿਹੜੀਆਂ ਕਿ ਆਪਣੇ ਆਪ ਤੋਂ ਕਿਸੇ ਹੋਰ ਦੇ ਕੰਧਿਆਂ 'ਤੇ ਸੁੱਟ ਕੇ ਇਸ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਇਸ ਬਾਵਜੂਦ ਸਮੁੱਚੇ ਸਮਾਜ ਨੂੰ ਸਾਡਾ ਇੱਕ ਇਹ ਵੀ ਸੁਨੇਹਾ ਕਿ ਸਾਰੇ ਮੁੱਦਿਆਂ 'ਤੇ ਜਿੱਦਾਂ ਗਰੇਵਾਲ ਸਾਹਿਬ ਨੇ ਕਿਹਾ, ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਸੋਚਣ ਦੀ ਜ਼ਰੂਰਤ ਹੈ, ਪੰਜਾਬ ਨੂੰ, ਪੰਜਾਬ ਦੇ ਕਿਸਾਨ ਨੂੰ ਕਿਵੇਂ ਬਚਾਇਆ ਜਾ ਸਕਦਾ। ਇਹਨਾਂ ਮੁੱਦਿਆਂ 'ਚ ਸ਼ਾਮਿਲ ਹੋਣ ਲਈ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ, ਔਰ ਇਸ ਮੁੱਦੇ 'ਤੇ ਆਪਣੀ ਰਾਏ ਦੇਣ ਲਈ ਸਾਡਾ ਪਤਾ ਹੈ ਜਗਤਾਰ ਸਿੱਧੂ @globalpunjabtv.com।